ਲਓ ਜੀ ਇੱਥੇ ਇੱਥੋਂ ਤੱਕ ਪਹੁੰਚ ਗਏ ਅੱਜ ਹੈਂ ਅੱਗੇ ਪਹੁੰਚ ਗਏ ਅੱਛਾ ਅੱਗੇ ਪਹੁੰਚ ਗਏ ਸੀ ਜਾਵਾਂ ਨਹੀਂ ਪੱਤਰਕਾਰਾਂ ਨੂੰ ਵੀ ਰੋਕਦੇ ਗਾਂ ਜਿਹੜੇ ਆਏ ਸੀ ਹਨਾ ਇੱਥੇ ਅੱਗੇ ਪੱਤਰਕਾਰਾਂ ਨੂੰ ਬੈਠ ਰੋਕਦੇ ਨੇ ਯਾਰ ਹਰੇਕ ਨੂੰ ਰੋਕਦੇ ਆ ਯਾਰ ਆ ਪੂਰਾ ਤਗੜਾ ਪ੍ਰਬੰਧ ਕੀਤਾ ਇਹਨਾਂ ਨੇ ਤਾਂ ਹਨਾ ਆ ਪੂਰੀਆਂ ਗੰਡਾਲੀਆਂ ਤਾਰਾਂ ਲਾ ਰੱਖੀਆਂ ਇਹਨਾਂ ਨੇ ਪੱਤਰਕਾਰਾਂ ਨੂੰ ਸਾਰਿਆਂ ਨੂੰ ਰੋਕਦੇ ਆ ਬਾਈ ਪਤੰਦਰਾਂ ਨੇ ਤੋਪਾਂ ਤਾਂ ਐ ਭੀੜ ਛੱਡੀਆਂ ਜਿਵੇਂ ਹਨਾ ਪਾਕਿਸਤਾਨ ਦਾ ਬਾਰਡਰ ਹੋਵੇ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਬਾਈ ਐ ਲਾਈ ਬੈਠੇ ਨੇ ਤੋਪਾਂ ਇਹ ਨਾ ਇਹਨਾਂ ਦਾ ਵਾਸ ਨਹੀਂ ਚੱਲਦਾ ਇਹ ਤਾਂ ਸਰਕਾਰ ਦਾ ਹੁਕਮ ਭਾਲਦੇ ਇਹ ਤਾਂ ਆਪਾਂ ਨੂੰ ਭੁੰਨਣ ਨੂੰ ਫਿਰਦੇ ਆ ਹਨਾ 5 ਮਿੰਟ ਨਹੀਂ ਲੱਗਣ ਦਿੰਦੇ ਇਹ ਅਡਾਨੀ ਦਵਾਨੀ ਦਾ ਹੁਕਮ ਭਾਲਦੇ ਆ ਹਾਂ ਇਹ ਅਡਾਨੀਆਂ ਬਾਨੀ ਵਾਲਾ ਦਵਾਨੀਆਂ ਨੂੰ ਹੁਕਮ ਭਾਲਦੇ ਪ੍ਰਾਈਵੇਟ ਹੋ ਗਈ ਬਾਈ ਇਹ ਵੀ ਪ੍ਰਾਈਵੇਟ ਘੱਟੋ ਘੱਟ ਇਹੋ ਜਿਹੇ 5 ਬਾਰਡਰ ਅੱਗੇ ਆ ਦੋਸਤੋ ਤੇ ਮੇਰਾ ਵੀਰ ਜਿੰਨੇ ਵੀ ਕਿਸਾਨ ਸੱਜਣ ਮਿੱਤਰ ਪਹੁੰਚਣ ਜੀ ਜ਼ਰੂਰ ਪਹੁੰਚਣ ਜੇਕਰ ਖੇਤੀ ਬਚਾਉਣੀ ਆ ਤਾਂ ਤੁਹਾਨੂੰ ਪਹੁੰਚਣਾ ਪਊਗਾ ਤਾਰਾਂ ਲਾ ਰੱਖੀਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਜੇ ਤਿਆਰੀ ਆ ਤਾਰ ਥੱਲੋਂ ਤੱਕ ਵਿਛਾ ਰੱਖੀ ਆ ਦੋਸਤੋ ਅਤੇ ਇੱਧਰ ਵੀ ਕਿਸਾਨ ਦੀ ਕਣਕ ਖਰਾਬ ਕਰ ਰੱਖੀ ਇੱਧਰ ਵੀ ਪਾਣੀ ਛੱਡ ਰੱਖਿਆ ਅਤੇ ਇੱਧਰ ਵੀ ਪਾਣੀ ਛੱਡ ਰੱਖਿਆ ਇਹਨਾਂ ਨੇ ਅਤੇ ਕਿਸਾਨਾਂ ਦਾ ਲਹੂ ਪੀਤਾ ਹੋਇਆ ਉਹ ਕਹਿੰਦੇ ਵੀ ਸਾਰੀ ਕਣਕ 'ਚ ਪਾਣੀ ਆ ਅਤੇ ਸੁਕਾ ਨਹੀਂ ਰਹਿ ਗਏ ਤੁਸੀਂ ਦੇਖ ਸਕਦੇ ਜੀ ਦੋਸਤੋ ਘੱਟੋ ਘੱਟ ਵੀ 3 ਤੋਂ 4 ਕਿਲੋਮੀਟਰ ਦਾ ਕਾਫਲਾ ਪਿੱਛੇ ਅਤੇ 21 ਤਰੀਕ ਤੱਕ ਕੌਲ ਲੱਗੂਗੀ ਬਸ ਇੱਕ ਦੂਜੇ ਨੂੰ ਇੱਥੇ ਦੇਖ ਲਓ ਤੁਸੀਂ ਕਰਾਉਂਗਾ ਹੈਰਾਨੀ ਹੁੰਦੀ ਹੈ ਯਾਰ ਦੱਸ ਵੀ ਐਡੇ ਤਗੜੇ ਪ੍ਰਬੰਧ ਕਰ ਰੱਖੇ ਮੈਂ ਤਾਂ ਵੇਖ ਕੇ ਹੈਰਾਨਾ ਮੈਂ ਵੀਡੀਓ 'ਚ ਦੇਖੀਆਂ ਸੀ ਮੈਂ ਆਪ ਦੇਖਣਾ ਕਿੱਲ ਕੁੱਲ ਤਾਂ ਦੋਸਤੋ ਇੱਥੇ ਪੱਟ 'ਤੇ ਕੇਲੇ ਇੱਥੇ ਸੀਗੇ ਅਤੇ ਲਾਈਵ ਤਸਵੀਰਾਂ ਦੋਸਤੋ ਇਹ ਖਨੌਰੀ ਬਾਰਡਰ ਦੀਆਂ ਸਪੈਸ਼ਲ ਦੋਸਤੋ ਵੀਡੀਓ ਬਣਾਈ ਜਾ ਰਹੀ ਸਾਹਮਣੇ ਦੇਖੋ ਰਿਕਾਰਡ ਕੀਤਾ ਜਾ ਰਿਹਾ ਵੀ ਜੋ ਵੀ ਹੈ ਨਾ ਸਾਰੇ ਰਿਕਾਰਡ ਕਰੀ ਜਾਂਦੇ ਆ ਜੋ ਵੀ ਕੋਈ ਹੁੱਲੜਬਾਜ਼ੀ ਕਰਦਾ ਜਿਵੇਂ ਕਿ ਬਾਅਦ 'ਚ ਉਹਨਾਂ ਨੇ ਪਰਚੇ ਪੁਰਚੇ ਕਰਨੇ ਹੁੰਦੇ ਨਾ ਉਸ ਹਿਸਾਬ ਕਿਤਾਬ ਜਿਹਾ ਲੱਗਦਾ ਇਹਨਾਂ ਦਾ ਸਾਰਾ ਰਿਕਾਰਡ ਹੋ ਜਾਂਦਾ ਜੀ ਉੱਥੇ